ਖਾਸ ਕੰਮ ਸ਼ੁਰੂ ਕਰ ਦਿੱਤਾ ਈ। ਕੀ ਗੱਲ ਏ, ਜੇਲ ਆਂਦੀ ਫਕੀਰ ਹੋ ਗਿਆ ਫੁਕਰਿਆ। ਜੇਲ ਵਿੱਚ ਹਰ ਰਾਤ ਇੱਕੋ ਹੀ ਹਿਸਾਬ ਕਰਦਾ ਰਿਹਾ ਵਾਂ ਕਿ ਤੂੰ ਮੇਰੇ ਕੋਲੋਂ ਕਿੰਨਾ ਮਾਲ ਖੋਇਆ ਸੀ, ਤੇ ਜੋ ਮਾਲ ਮੈਂ ਬਾਜ਼ਾਰ ਵਾਲਿਆਂ ਕੋਲੋਂ ਨਹੀਂ ਉਹ ਤੇਰੇ ਕੋਲੋਂ ਡਾਇਰੈਕਟ ਵਸੂਲ ਕਰਾਂਗਾ। ਜ਼ਕਾਤ ਚਾਹੀਦੀ ਹੋ ਤੇ ਜ਼ਕਾਤ ਕਮੇਟੀ ਦਾ ਚੇਅਰਮੈਨ ਅਗਲੀ ਗਲੀ 'ਚ ਰਹਿੰਦਾ, ਮੇਰੇ ਕੋਲੋਂ ਤੇ ਤੈਨੂੰ ਛਣਕਣਾ ਵੀ ਨਹੀਂ ਲੱਭਣਾ ਕਾਕਾ। ਓਏ ਤੂੰ ਗਲਤ ਬੰਦੇ ਦਾ ਰਾਹ ਡੱਕ ਲਿਆ। ਮੈਂ ਕੀ ਸ਼ਹਿਜ਼ਾਦਾ ਚਾਰਲਸ ਦਾ ਰਾਹ ਡੱਕਿਆ? ਆ ਗੱਲ ਸੁਣ ਬਾਈ, ਜੇ ਤੂੰ ਮੇਰੇ ਮਾਲ ਦੀ ਵਸੂਲੀ ਨਾ ਕਰਾਈ ਤੇ ਮੈਂ ਤੈਨੂੰ ਕੁੱਕੜ ਬਣਾ ਕੇ ਉਹਦੇ ਉੱਤੇ ਮਹੱਲੇ ਦੇ ਗੰਦੇ ਬਾਲਾਂ ਨੂੰ ਬਿਠਾ ਕੇ ਤੇਰੀਆਂ ਭਾਂਗਾਂ ਕਢਾ ਦੇਣੀਆਂ ਨੇ, ਫਿਰ ਤੂੰ ਕੀ ਕਰੇਗਾ? ਜੇ ਤੈਨੂੰ ਕੋਈ ਕੰਨੋਂ ਫੜ ਕੇ ਤੇਰੇ ਗੱਲ 'ਚ ਪਟਾ ਪਾ ਕੇ ਲੈ ਜਾਵੇ ਉਹਦਾ ਕੀ ਇਨਾਮ ਹੈ? ਇਨਾਮ? ਇਨਾਮ ਤੈਨੂੰ ਇਸ ਸ਼ਾਹੀ ਫਕੀਰ ਨੇ ਕੀ ਦੇਣਾ? ਇਹਨੂੰ ਪਟਾ ਪਏਗਾ ਨਾ, ਇਨਾਮ ਤੇ ਅਸੀਂ ਤੈਨੂੰ ਦੇਵਾਂਗੇ ਦਿਲਬਰ ਜਾਨੀ। ਉਹ ਤੇਰੇ ਦਿਲਬਰ ਜਾਨੀ ਨੂੰ ਮੈਂ ਇਨਾਮ ਵਸੂਲ ਕਰਨ ਜੋਗਾ ਛੱਡਾਂਗਾ, ਤੈਨੂੰ ਇਨਾਮ ਦੇਵੇਂਗੀ ਨਾ ਪੰਬੀਰੀਏ? ਉਹਦਾ ਇਨਾਮ ਇਹ ਵੇ, ਸਭ ਤੋਂ ਪਹਿਲੇ ਤੇ ਮੈਂ ਉਹਨੂੰ ਮਾਰਨਾ ਠੁੱਟੇ, ਉਹਦੇ ਬਾਅਦ ਮੈਂ ਉਹਦਾ ਕਾਲਾ ਮੂੰਹ ਕਰਕੇ ਉਹਨੂੰ ਬਿਠਾਣਾ ਖੋਤੇ ਉੱਤੇ, ਬਾਕੀ ਵੱਟੇ ਤੇ ਜੁੱਤੀਆਂ ਤੇ ਉਹਨੂੰ ਮੁਫਤ 'ਚ ਪੈ ਹੀ ਜਾਂਦੀਆਂ ਨੇ, ਉਹਦਾ ਤੇ ਕੋਈ ਹਿਸਾਬ ਹੀ ਨਹੀਂ। ਓਏ ਕੱਦ ਤੋਂ ਵੱਡੀ ਜ਼ਬਾਨ ਰੱਖਣਾ ਤੇ ਵਜੂਦ ਤੋਂ ਵੱਡਾ ਦਾਵਾ ਕਰਨਾ ਕੁਫਰ ਏ, ਇਹਦੀ ਸਜ਼ਾ ਮੈਂ ਤੈਨੂੰ ਜ਼ਰੂਰ ਦਿਆਂਗਾ।